स्पेशल शावर लगवाया गया ਉਹ ਜਗ੍ਹਾ ਜਿੱਥੇ ਹੈ ਨਾ ਇਹ ਗੁਨਾਹ ਚੜਦੇ ਆ ਤੇ ਇਨਸਾਨ ਦੀ ਨੇਕੀਆਂ 'ਚ ਇਜ਼ਾਫਾ ਹੁੰਦਾ ਵਾ ਇਜ਼ਾਫਾ ਹੁੰਦਾ ਅਲਹਮਦੁਲਿਲਾਹ ਜੇ ਭਾਈ ਇਸ ਘਰ ਦੇ ਅੰਦਰ ਕਿਹੜੀ ਖੁਸ਼ਖਬਰੀ ਨਵੀਂ ਆਈ ਅੱਲਾ ਦੇ ਘਰ ਜ਼ਬੀਨ ਭਾਈ ਇੱਥੇ ਨਾ ਜਦੋਂ ਪਹਿਲਾਂ ਆਪਾਂ ਅਲਹਮਦੁਲਿਲਾਹ ਕੰਮ ਕਰਵਾਇਆ ਕਾਫੀ ਜ਼ਿਆਦਾ ਉਦੋਂ ਇੱਥੇ ਮੁਕਾਮੀ ਆਬਾਦੀ ਵਾਲਿਆਂ ਨੇ ਇੱਕ ਵਾਸ਼ਰੂਮ ਤੇ ਇੱਕ ਵਜ਼ੂਖਾਨੇ ਦੀ ਡਿਮਾਂਡ ਕੀਤੀ ਜੀ ਜੀ ਔਰ ਜਿਹੜਾ ਕਿ ਉੱਥੇ ਹੈ ਨਹੀਂ ਸੀ ਇਸ ਟਾਈਮ ਹੈ ਹੀ ਨਹੀਂ ਬਲਕਿ ਇਸ ਟਾਈਮ ਔਰ ਇਨਸ਼ਾਅੱਲਾ ਇੱਥੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਵਾਲੇਕੁਮ ਸਲਾਮ ਚਾਚਾ ਜੀ ਕੀ ਹਾਲ ਹੈ ਜੀ ਠੀਕ ਹੋਈ ਮਾਸ਼ਾਅੱਲਾ ਮਿਸਤਰੀ ਭਾਈ ਵੀ ਅਲਹਮਦੁਲਿਲਾਹ ਪਹੁੰਚ ਗਏ ਜੀ ਜੀ ਇੱਥੇ ਇਨਸ਼ਾਅੱਲਾ ਮੁਬੀਨ ਭਾਈ ਵਜ਼ੂਖਾਨਾ ਬਣੂਗਾ ਮਾਸ਼ਾਅੱਲਾ ਔਰ ਇੱਥੇ ਇਨਸ਼ਾਅੱਲਾ ਅੱਲਾ ਦੇ ਕਹਨਾ ਵਾਸ਼ਰੂਮ ਬਣੂਗਾ ਤਾਂ ਕਿ ਨਮਾਜ਼ੀ ਆਣ ਅੱਛੇ ਤਰ੍ਹਾਂ ਵਜ਼ੂ ਕਰਕੇ ਜਿਹੜੀ ਮੁਸ਼ਕਲ ਹੋ ਰਹੀ ਸੀ ਉਹ ਇਨਸ਼ਾਅੱਲਾ ਮੁਸ਼ਕਲ ਖਤਮ ਹੋ ਜਾਊਗੀ ਇੱਕ ਵਾਰੀ ਮੁਕੰਮਲ ਹੋ ਗਏ ਫਿਰ ਇਨਸ਼ਾਅੱਲਾ ਆਪਾਂ ਅੱਲਾ ਮੁਰੇ ਦੁਆ ਕਰਾਂਗੇ ਇਨਸ਼ਾਅੱਲਾ ਜੇ ਭਾਈ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਹੀ ਦਿਲ ਖੁਸ਼ ਹੋ ਰਿਹਾ ਕਿ ਅੱਲਾ ਪਾਕ ਦਾ ਘਰ ਇੰਨਾ ਖੂਬਸੂਰਤ ਮਾਸ਼ਰਾ ਬਣ ਗਿਆ ਬੇਸ਼ੱਕ ਉਹਦੇ ਨਾਲ ਹੀ ਮਾਸ਼ਨਾ ਵਜ਼ੂਖਾਨੇ ਦਾ ਵੀ ਇਤਮਾਮ ਹੋ ਗਿਆ ਸਭ ਤੋਂ ਪਹਿਲਾਂ ਯਾ ਹਯੂ ਯਾ ਕਯੂਮ ਐ ਜ਼ਿੰਦਾ ਰਹਿਣ ਵਾਲੇ ਐ ਕਾਇਮ ਰਹਿਣ ਵਾਲੇ ਜੀ ਫਿਰ ਮੁਬੀਨ ਭਾਈ ਜਾ ਮਾਸ਼ਾਅੱਲਾ ਇਹ ਕਮਰਾ ਵਾ ਜਾਂ ਕੀ ਚੀਜ਼ ਅਲਹਮਦੁਲਿਲਾ ਮੁਬੀਨ ਭਾਈ ਸਭ ਤੋਂ ਪਹਿਲਾਂ ਇਹਦਾ ਅਲਹਮਦੁਲਿਲਾ ਵਿਜ਼ਿਟ ਕਰਵਾਉਂਦੇ ਆ ਆ ਤਾਂ ਅਲਹਮਦੁਲਿਲਾ ਹੋ ਗਿਆ ਨਾ ਆਪਣਾ ਵਜ਼ੂਖਾਨਾ ਅਲਹਮਦੁਲਿਲਾ ਅੱਲਾ ਪਾਕ ਦੀ ਰਹਿਮਤ ਔਰ ਤੌਫੀਕ ਨਾ ਫਿਰ ਆ ਕਲੰਪ ਸਪੈਸ਼ਲ ਲਵਾਇਆ ਤਾਂ ਕਿ ਜਦੋਂ ਵੀ ਮਸਜਿਦ ਧੋਣੀ ਹੋਵੇ ਸਪੈਸ਼ਲ ਯਾਨੀ ਕਿ ਚਲਾਣ ਨਾਲ ਮੁਬੀਨ ਭਾਈ ਅਲਹਮਦੁਲਿਲਾ ਪੰਪ ਹੋ ਗਿਆ ਤੇ ਨਾਲ ਮਾਸ਼ਾਅੱਲਾ ਅਲਹਮਦੁਲਿਲਾ ਜਿਹੜਾ ਅੰਦਰ ਆ ਉਹ ਮੁਬੀਨ ਭਾਈ ਮੁਕੰਮਲ ਮਾਸ਼ਾਅੱਲਾ ਅਲਹਮਦੁਲਿਲਾ ਆ ਜਿਹੜਾ ਸ਼ਾਵਰ ਨਹਾਉਣ ਵਾਸਤੇ ਤੇ ਇੱਧਰਲੇ ਬੰਨੇ ਅਲਹਮਦੁਲਿਲਾ ਸੀਟ ਐਡਜਸਟ ਹੋ ਗਈ ਜੀ ਜੀ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਹੀ ਪਿਆਰਾ ਦੇ ਭਈ ਅੱਲਾ ਦਾ ਘਰ ਮਾਸ਼ਾਅੱਲਾ ਬਣ ਗਿਆ ਅਲਹਮਦੁਲਿਲਾ ਅੱਲਾ ਸੁਣੇ ਜਿਹੜੇ ਦੁਨੀਆ 'ਚ ਤੇਰਾ ਘਰ ਬਣਾ ਰਹੇ ਅੱਲਾ ਸੁਣੇ ਜਿੰਨਾ ਚੁਣਾ ਦੇ ਅੱਲਾ ਦਾ ਘਰ ਬਣਾਵੇ ਜੀ ਜੀ ਅਲਹਮਦੁਲਿਲਾ ਸਾਡੇ ਨਾਲ ਹੀ ਜੇ ਭਈ ਆਬਾਦੀ ਦੇ ਮਾਸ਼ਾਅੱਲਾ ਹਾਂਜੀ ਚਾਚਾ ਜੀ ਕੀ ਹਾਲ ਹੈ ਠੀਕ ਅੱਲਾ ਖੈਰ ਕੇ ਅਮਦਿਨ ਨੇ ਸੋਣਾ ਆਮੀਨ ਇੱਥੇ ਇੱਕ ਤਸ਼ਰੀਫ ਲਿਆ ਅਸਲਾਮ ਹੋਰ ਜੀ ਭਈਆ ਕੀ ਹਾਲ ਹੈ ਅਸਲਾਮ ਅਲੈਕਮ ਚਾਚਾ ਯਾਨੀ ਕਿ ਮੇਰੇ ਮੇਨ ਅੱਲਾ ਪਾਕ ਨੇ ਯਾਨੀ ਕਿ ਵਜ਼ੂਖਾਨਾ ਗੁਸਲਖਾਨਾ ਨਹਾਉਣ ਵਾਸਤੇ ਫਿਰ ਸਪੈਸ਼ਲ ਸ਼ਾਵਰ ਲਗਵਾਇਆ ਗਿਆ ਤਾਂ ਕਿ ਕੋਈ ਵੀ ਮੁਸਾਫਰ ਆਵੇ ਆ ਕੇ ਨਹਾਵੇ ਜੀ 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 ਸੁਭਾਨ ਚਾਚੇ ਅੱਲਾ ਪਾਕ ਨੇ ਜਦੋਂ ਅਸ਼ਰਫੁਲ ਮਖਲੂਕਾਤ ਇਨਸਾਨ ਨੂੰ ਬਣਾਇਆ ਨਾ ਤੇ ਅਸ਼ਰਫੁਲ ਮਖਲੂਕਾਤ ਦੇ ਵਿੱਚੋਂ ਅੱਲਾ ਪਾਕ ਨੇ ਇਨਸਾਨ ਦੇ ਸਾਰੇ ਵਜੂਦ ਦੇ ਵਿੱਚੋਂ ਜਿਹੜੀ ਚੀਜ਼ ਪਸੰਦ ਕੀਤੀ ਆ ਨਾ ਉਹ ਅੱਲਾ ਪਾਕ ਨੇ ਇਨਸਾਨ ਦਾ ਸਜਦਾ ਪਸੰਦ ਕੀਤਾ ਤੁਸੀਂ ਦੇਖ ਲਓ ਕਿ ਆਪਾਂ ਕੋਈ ਵੀ ਬੜੇ ਆਦਮੀ ਕੋ ਜਾਈਏ ਨਾ ਕਿ ਯਾਰ ਸਾਡਾ ਕੰਮ ਕਰ ਦੇ ਉਹ ਨਹੀਂ ਕਰਦਾ ਅਗਰ ਆਪਾਂ ਪੈਰੀ ਪੈ ਜਾਈਏ ਜਾਂ ਆਪਾਂ ਉਹਦੇ ਗੋਡਿਆਂ ਨੂੰ ਹੱਥ ਲਾ ਲਈਏ ਨਾ ਬੰਦਾ ਬੰਦੇ ਦੀ ਸ਼ਰਮ ਖਾ ਜਾਂਦਾ ਕਿ ਯਾਰ ਬੰਦੇ ਨੇ ਮੇਰੇ ਪੈਰੀ ਪਿਆ ਗੋਡਿਆਂ ਨੂੰ ਹੱਥ ਲਾਇਆ ਤੇ ਮੈਂ ਇਹਦਾ ਕੰਮ ਕਰ ਦਵਾਂ ਜਦੋਂ ਆਪਾਂ ਰੱਬ ਦੀ ਜ਼ਾਤ ਦੇ ਕੇ ਸਜਦੇ 'ਚ ਪੈ ਜਾਂਦੇ ਨਾ ਫਿਰ ਉਹ ਰੱਬ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਦਾ ਉਹ ਫਿਰ ਰੱਬ ਇਨਸਾਨ ਦੇ ਗੁਨਾਹਾਂ ਨੂੰ ਵੀ ਮਾਫ਼ ਕਰ ਦਿੰਦਾ ਤੇ ਹਰ ਚੀਜ਼ ਅੱਲਾ ਪਾਕ ਡਬਲ ਕਰ ਦਿੰਦੇ ਤੇ ਲੇਕਿਨ ਸਜਦੇ ਵਾਲੀ ਜਗ੍ਹਾ ਕਿਹੜੀ ਆ ਉਹ ਜਿੱਥੇ ਆਪਾਂ ਖੜੇ ਹਾਂ ਅੱਲਾ ਦਾ ਘਰ ਮਸਜਿਦ ਅੱਲਾ ਪਾਕ ਨੇ ਹਜ਼ਰਤ ਦਾਊਦ ਅਲੈਹਿਸਲਾਮ ਨੂੰ ਕਹਿੰਦੇ ਮੇਰੇ ਦਾਊਦ ਮੈਂ ਆਪਣੇ ਗੁਨਾਹਗਾਰ ਬੰਦਿਆਂ ਨਾਲ ਬਹੁਤ ਪਿਆਰ ਕਰਦਾ ਅਗਰ ਇਹਨਾਂ ਨੂੰ ਪਤਾ ਚੱਲ ਜਾਵੇ ਨਾ ਕਿ ਮੈਂ ਕਿੰਨਾ ਪਿਆਰ ਕਰਦਾ ਨਾ ਫਰਮਾਨਾ ਨਾ ਇਹਨਾਂ ਦੇ ਕਲੇਜੇ ਫਟ ਜਾਣ ਉਹ ਜੇ ਰੱਬ ਉਹ ਗੁਨਾਹਗਾਰ ਨਾ ਫਰਮਾਨਾ ਨੇ ਇੰਨਾ ਪਿਆਰ ਕਰਦਾ ਤੇ ਫਰਮਾ ਬਰਦਾਰਾ ਨਾ ਕਿੰਨਾ ਪਿਆਰ ਕਰਦਾ ਆਪਣਾ ਅਲਹਮਦੁਲਿਲਾ ਅਲਹਮਦੁਲਿਲਾ ਜੇ ਭਾਈ ਸਾਡਾ ਚਾਚਾ ਜੀ ਖੜੇ ਇਹਨਾਂ ਦਾ ਵੀ ਅੱਲਾ ਦੇ ਘਰ ਨਾਲ ਸੀ ਵਾਲਿਹਾਨਾ ਮੁਹੱਬਤ ਮਾਸ਼ਾਅੱਲਾ ਜੀ ਜੀ ਮੁਬੀਨ ਭਾਈ ਅਲਹਮਦੁਲਿਲਾ ਇਹ ਆਪਣੇ ਮੂੰਹ ਨਾਲ ਦੱਸਣ ਕਿ ਮਾਸ਼ਾਅੱਲਾ ਇੱਥੇ ਕਿੰਨਾ ਇਸ ਚੀਜ਼ ਦਾ ਫਾਇਦਾ ਹੋਇਆ ਜੀ ਮਾਸ਼ਾਅੱਲਾ ਬੜਾ ਸੋਹਣਾ ਫਾਇਦਾ ਇਹ ਅੱਲਾ ਖੈਰ ਕਰਮ ਨੇ ਆਪਾਂ ਤੁਹਾਡੀ ਵੱਲਾ ਜ਼ਿੰਦਗੀ ਰੱਖੇ ਅੱਲਾ ਤੁਹਾਨੂੰ ਹੋਰ ਦੁਗਣਾ ਦੇਵੇ ਆਮੀਨ ਇਹ ਜਿਹੜਾ ਘਰ ਤੁਸੀਂ ਬਣਾਇਆ ਇਹ ਅੱਲਾ ਦਾ ਹਰ ਬੰਦਾ ਤੁਹਾਡੇ ਆ ਕੇ ਦੁਆ ਮੰਗਦਾ ਪਿਆ ਤੇ ਉਹਨਾਂ ਦੇ ਜਿੰਨੀ ਤੁਹਾਡੇ ਕੋਈ ਹਿੰਮਤ ਸੀ ਪੂਰੀ ਆਬਾਦੀ ਤੁਹਾਨੂੰ ਸ਼ਾਬਾਸ਼ ਦੇ ਰਹੀ ਹੈ ਮਾਸ਼ਾਅੱਲਾ ਇਹ ਸਪੈਸ਼ਲ ਦੇ ਵੀ ਕਿਹੜੇ ਆ ਸਰ ਮੁਬੀਨ ਭਾਈ ਇਹ ਨਾ ਸਾਰੇ ਇਜਾਜ਼ ਸਾਹਿਬ ਔਰ ਮੈਡਮ ਨਜਮਾ ਹਸਨ ਉਹਨਾਂ ਦੀ ਆਪਾਂ ਆਲ ਔਲਾਦ ਵਾਸਤੇ ਇਨਸ਼ਾਅੱਲਾ ਖੁਸ਼ੀ ਦੁਆ ਕਰਨੀ ਆ ਉਸ ਤੋਂ ਪਹਿਲਾਂ ਨਾ ਥੋੜਾ ਜਿਹਾ ਮਸਜਿਦ ਦਾ ਅੰਦਰ ਦਾ ਵਿਜ਼ਿਟ ਕਰਵਾਈਏ ਭਾਈ ਮੇਨ ਅੱਜ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਦਰੂਦੇ ਪਾਕ ਸਲਾਤੁ ਵਸਲਾਮੁ ਅਲੈਕਾ ਯਾ ਰਸੂਲੱਲਾਹ ਵਅਲਾ ਆਲਿਕਾ ਵਸਹਾਬਿਕਾ ਯਾ ਹਬੀਬੱਲਾ ਯਾ ਹਯੂ ਯਾ ਕਯੂਮ ਔਰ ਨਬੀ ਪਾਕ ਦੇ ਚਾਰ ਯਾਰ ਅਬੂ ਬਕਰ ਸਦੀਕ ਉਮਰ ਫਾਰੂਕ ਹਜ਼ਰਤ ਅਲੀ ਰਜ਼ੀ ਅੱਲਾਹੁ
ताला अन्हा। बिलखसूस चाचा जी सर मोहम्मद एजाज साहब और मैडम नजमा, मैडम नजमा हसन हज करावे, आमीन आमीन, अल्लाह नु हज करावे, और उना दे बच्चे आ ना जेड़े खुशी तौर ते जेड़े उना दे बच्चे आ ना जेड़े उना दे बेटे हसन हुसैन हसन जैन अली हमजा अली और उना दी बेटी जोहरा फातिमा और उना दे एक भाईया फैसल साहब सर फैसल साहब दिली दुआ करनी अल्लाह ताला उना दे बच्चे दे कारोबार च मजीद बरकत अता फरमाए और सेहत व ईमान तंदुरुस्ती सेहत व ईमान वाली अल्लाह ताला लंबी जिंदगी अता फरमाए उम्र लंबी करे आमीन बरकत ईमान अल्लाह उना ने ता आमीन पांच वक्त दा नमाजी बनावे और उना नु लोकां दी खिदमत करण वास्ते ठीक होवे अल्लाह और देवे और देवे सुभान अल्लाह सुभान अल्लाह और अल्लाह पाक इस मस्जिद दे बदले उना दा जन्नत च बड़ा महल बनावे इंशाल्लाह बेशक माशाल्लाह ए माड़ा गरीबा दी है की मस्जिद गरीबा दी अल्लाह तो तौफीक देवे उना नु जन्नत ते अपने सारे जिन्ने मुसलमान इतनी आबादी है साडे कोल अल्लाह दा घर हा लेकिन बड़ा चंगा काम का हो गया मर के जिथे चला जाएगा अड़िया गल जाएगा लेकिन सवाब ऐ मेरे अल्लाह अज दा बिलखसूस तेरा घर बड़ा ही खूबसूरत तरीन नक्शे दे नाल मुकम्मल होया मौला तू अपनी बारगाह इक बुल मंजूर फरमा मौला इस जामिया मस्जिद नूं ता क्यामत तक आबादो शाद फरमा मौला बिलखसूस इहदा जिहड़ा बिलखसूस सर मुहम्मद एजाज हसन और मैडम नजमा हसन मौला उन्होंने अपने मुकम्मल तावन दे नाल उन्होंने मौला मुकम्मल कोशिश दे नाल मौला कित्थे वो बैठे ने उन्होंने तेरे घर नूं खूबसूरत बनाया मौला तू उन्हां दा जिन्ना भी उन्होंने नेकी च हिस्सा पाया तू अपनी बारगाह इक बुल मंजूर फरमा।